ਕੁ ਵਿਦਵਾਨ ਪੀਐਸ ਗੁਰਾਇਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿਤਾਬ ਲਿਖਦੇ ਹਾਂ ਖੋਜ ਕੀਤੀ ਹੈ ਕਿ ਗੁਰੂ ਸਾਹਿਬ ਨੇ ਮੱਕੇ ਦਾ ਹੱਜ 23 ਜੁਲਾਈ 1531 ਨੂੰ ਕੀਤਾ ਸੀ ਜਦੋਂ ਕਿ ਸਦੀ ਦੇ ਜਿੰਨੇ ਵੀ ਲਿਖਾਰੀ ਨੇ ਸਭ ਨੇ ਗੁਰੂ ਸਾਹਿਬ ਦਾ ਮੱਕੇ ਮਦੀਨੇ ਜਾਣਾ 1517 ਤੋਂ 20 ਈਸਵੀ ਦਰਮਿਆਨ ਲਿਖਿਆ ਹੈ ਕਿਉਂਕਿ ਜਨਮ ਸਾਖੀਆਂ ਵਿੱਚ ਗੁਰੂ ਸਾਹਿਬ ਦਾ ਮਿਲਾਪ ਬਗਦਾਦ ਦੇ ਇਮਾਮ ਸ਼ਾ ਸਰਫ ਨਾਲ ਹੋਣਾ ਲਿਖਿਆ ਗਿਆ ਹੈ ਜਦੋਂ ਕਿ ਬਗਦਾਦ ਦੇ ਇਤਿਹਾਸ ਅਨੁਸਾਰ ਸ਼ਾ ਸਰਫ ਦਾ ਰਾਜਕਾਲ 1529 ਤੋਂ 1532 ਈਸਵੀ ਦਰਮਿਆਨ ਹੈ ਜਿਸ ਦਾ ਮਤਲਬ ਹੈ ਕਿ ਗੁਰੂ ਸਾਹਿਬ 1529 ਤੋਂ 1532 ਈਸਵੀ ਦੌਰਾਨ ਹੀ ਬਗਦਾਦ ਗਏ ਦੂਜੇ ਪਾਸੇ ਗੁਰਬਾਣੀ ਦੇ ਸ਼ਬਦ ਤਾਰਾ ਚੜਿਆ ਲੰਮਾ ਤੋਂ ਸਾਬਿਤ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਅਗਸਤ 1531 ਨੂੰ ਮਦੀਨੇ ਵਿੱਚ ਸਨ 1531 ਦਾ ਹਜ 23 ਜੁਲਾਈ ਨੂੰ ਹੁੰਦਾ ਹੈ ਗੁਰਾਇਆ ਨੇ ਹੋਰ ਖੋਜ ਕੀਤੀ ਹੈ ਅਤੇ ਸਾਬਤ ਕੀਤਾ ਹੈ ਕਿ ਗੁਰੂ ਸਾਹਿਬ ਬਰਮਾ ਤੇ ਰੋਹਿੰਗਿਆ ਦੇ ਮੁਲਕ ਮਾਗ ਦੇਸ਼ ਵੀ ਗਏ ਸਨ ਲਿਖਾਰੀ ਮੁਤਾਬਕ ਬਾਲਾ ਜਨਮ ਸਾਖੀ ਅਨੁਸਾਰ ਗੁਰੂ ਸਾਹਿਬ ਸਵਰਨਪੁਰ ਦੇ ਧਰਮ ਸਿੰਘ ਅਤੇ ਕਬਲ ਨੈਣਾ ਤੇ ਬ੍ਰਹਮਪੁਰ ਦੇ ਮਧੁਰ ਵਾਲੀਆਂ ਜਿਹੜੀਆਂ ਸਾਖੀਆਂ ਹਨ ਇਹ ਬਰਮਾ ਵਿੱਚ ਵਾਪਰੀਆਂ। ਲਖਾਰੀ ਨੇ ਸਵਰਣਪੁਰ ਦੀ ਪਛਾਣ ਮੰਡਲਾ ਲਾਗੇ ਉਸ ਵੇਲੇ ਦੀ ਆਵਾ ਰਿਆਸਤ ਤੇ ਕੀਤੀ ਹੈ ਕਿਉਂਕਿ ਜਨਮ ਸਾਖੀ ਵਿੱਚ ਦਰਜ ਹੈ ਕਿ ਰਾਜੇ ਨੇ ਉਦੋਂ ਸੁਨਹਿਰੀ ਮਹਿਲ ਬਣਵਾਇਆ ਸੀ ਕਿਉਂਕਿ ਮਹਿਲ ਦਾ ਉਦਘਾਟਨ ਫਰਵਰੀ 1511 ਈਸਵੀ ਵਿੱਚ ਹੁੰਦਾ ਹੈ। ਇੱਥੇ ਹੀ ਇਹ ਤਾਰੀਖਾਂ ਵੀ ਗਲਤ ਸਾਬਤ ਹੋ ਜਾਂਦੀਆਂ ਹਨ ਕਿ ਗੁਰੂ ਸਾਹਿਬ 1507-8 ਦੌਰਾਨ ਬੰਗਾਲ ਅਤੇ ਉੱਤਰਪੂਰਵ ਵਿੱਚ ਸਨ। ਪ੍ਰਸਿੱਧ ਇਤਿਹਾਸਕਾਰ ਤਰਲੋਚਨ ਸਿੰਘ ਪਹਿਲਾਂ ਹੀ ਸਾਬਤ ਕਰ ਚੁੱਕੇ ਹਨ ਕਿ ਗੁਰੂ ਸਾਹਿਬ ਜਗਨਨਾਥਪੁਰੀ 1510 ਈਸਵੀ ਤੋਂ ਬਾਅਦ ਗਏ ਸਨ। ਬੀਐਸ ਗੁਰਾਇਆ ਨੇ ਗੁਰੂ ਸਾਹਿਬ ਤੇ 528 ਸਫਿਆਂ ਦੀ ਵੱਡੀ ਕਿਤਾਬ ਜ਼ਿੰਦਗੀ ਨਾਮਾ ਗੁਰੂ ਨਾਨਕ ਲਿਖੀ ਹੈ ਜੋ ਛਪਾਈ ਆਦੀਨ ਹੈ ਅਦਲ ਖਾਰੀ ਦਾ ਦਾਅਵਾ ਹੈ ਕਿ ਉਸਨੇ ਤਕਰੀਬਨ 50 ਹੋਰ ਖੋਜਾਂ ਕੀਤੀਆਂ ਹਨ 528 ਸਫੇ ਚੌਥੀ ਦਾਸੀ ਤੇ ਮੇਰੀ ਖਾਸ ਖੋਜ ਹੈ ਯਾਨੀ ਉਹ ਦੱਸਿਆ ਕਿ ਕਿਵੇਂ ਗੁਰੂ ਸਾਹਿਬ ਜਿਹੜਾ ਨੇ 1531 ਚ ਗਏ ਸੀ ਬਰਮਾ ਤੇ ਮੇਰੀ ਖੋਜ ਹੈ 1511 ਚ ਗਏ ਨੇ ਕਿਉਂ ਗਏ ਨੇ ਸਾਰੀ ਦੱਸਿਆ ਫਿਰ ਦੇਖੋ ਜੀ ਨੇਪਾਲ ਦੀ ਗੁਰੂ ਸਾਹਿਬ ਦੀ ਫੇਰੀ ਬਾਰੇ ਦੱਸਿਆ ਕਿ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ